ਅਸਲਾਮ ਵਾਲੇਕੁਮ ਦੋਸਤੋ, ਅੱਜ ਅਸੀਂ ਜਾ ਰਹੇ ਹਾਂ ਛੱਲੀਆਂ ਲੈਣ ਵਾਸਤੇ ਅਤੇ ਟਰਾਲਾ ਹੈਗਾ ਸੀ 260 ਅੱਗੇ ਅਤੇ ਲੇਕਿਨ ਜੇ ਤੁਸੀਂ ਉਤਰਨਾ ਜਿਹੜੀ ਗਾਟੀ ਤੋਂ ਉਹ ਨੀਵੀਂ ਜ਼ਿਆਦਾ ਅਤੇ 60 ਦੀ ਜਿਹੜੀ ਹੁੱਕ ਹੈਗੀ ਹੈ ਉਹ ਛੋਟੀ ਹੈਗੀ ਹੈ। ਟਰਾਲੇ ਦਾ ਗੁੱਲਾ ਜਿਹੜਾ ਪੂਰਾ ਭਰਾ ਵਿੱਚ ਫਿੱਟ ਆਉਂਦਾ ਅਤੇ ਅਗਰ ਅੱਗੋਂ ਜਗ੍ਹਾ ਉੱਚੀ ਹੋਵੇ ਜਾਂ ਨੀਵੀਂ ਹੋਵੇ ਤਾਂ 60 ਦੇ ਟਾਇਰ ਨੂੰ ਚੁੱਕੇ ਜਾਂਦੇ ਨੇ। ਇਹਦੀ ਵਜ੍ਹਾ ਤੁਸੀਂ 385 ਨੂੰ ਲਗਾਵਾਂਗੇ ਟਰਾਲੇ ਅੱਗੇ। ਹਾਂਜੀ, ਟਰਾਲਾ ਇੱਥੇ ਲੈ ਆਉਂਦਾ ਅਤੇ ਉਹਨਾਂ ਲੱਗੇ ਖਲੇ ਨੇ ਬੰਦੇ ਛੇਲ ਨੂੰ, ਛਲੀਆਂ ਇੱਥੇ ਰੱਖੀ ਜਾਂਦੇ ਨੇ ਅਤੇ ਛੇਲ ਜਿਹੜੀ ਉਹ ਲਈ ਜਾਂਦੇ ਨੇ। ਹੁਣ ਲੋਡ ਹੋ ਜਾਏਗਾ ਟਰਾਲਾ ਅਤੇ ਫਿਰ ਇੱਥੋਂ ਲੈ ਜਾਵਾਂਗੇ। ਪਹਿਲੇ 60 ਮਗਰ ਹੈਗਾ ਸੀ ਅਤੇ ਫਿਰ ਇਹਦੀ ਹੁਕ ਨੀਵੀਂ ਕਰਨੀ ਪਈ ਅਤੇ ਫਿਰ ਲਿਆਂਦਾ ਇਹਨੂੰ ਪਾ ਕੇ। ਪਰ ਨਾਲ 565 ਚੱਲਦਾ ਪਿਆ ਬੁੱਲ ਪਾਵਰ, ਚਾਚੂ ਮੇਰੇ ਦਾ ਹੈਗਾ। ਚਾਬੀਆਂ ਨਿਕਾਲ ਲਵੀਏ ਫਿਰ ਬੁੱਲ ਪਾਵਰ ਦੇ ਜਾ ਕੰਮ ਵੇਖ ਕੇ ਕੀ ਕਰ ਰਿਹਾ। ਅਸਲਾਮ ਵਾਲੇਕੁਮ ਜੀ, ਲਓ ਜੀ ਇਹ ਬੁੱਲ ਪਾਵਰ ਚੱਲਦਾ ਪਿਆ, ਚਾਚੀ ਮੇਰੇ ਉੱਤੇ ਬਹਿ ਕੇ ਡਰਾਈਵ ਕਰ ਰਹੇ ਨੇ। ਅਜੇ ਵੀ ਜ਼ਮੀਨ ਨੂੰ ਤਿਆਰ ਕਰਕੇ ਦੇ ਸਕਣ ਕੱਢਣ ਲੱਗੇ ਨੇ। ਜੀ ਟਰਾਲਾ ਲੈ ਆਉਂਦਾ ਛਲੀਆਂ ਦਾ, ਆ ਜਿਹੜੀਆਂ ਕੋਈ ਛਲੀਜੀਆਂ ਸੀ ਅਤੇ ਉਹ ਵਰਕ ਲੈ ਆਉਂਦਾ ਉਹਨਾਂ ਕੋਈ, ਬਾਕੀ ਕੱਲ੍ਹ ਫਿਰ ਵੇਖੀ ਜਾਵੇਗੀ। ਆ ਪਹਿਲੇ ਆਈਆਂ ਨੇ ਛਲੀਆਂ 1.5 ਕਿੱਲੇ ਦੀਆਂ, 1 ਕਿੱਲਾ ਅਤੇ 7 ਕਨਾਲਿਆਂ ਦੀ, ਅਤੇ ਇਹ ਹੁਣ ਨਵਾਂ ਹੈਗਾ ਨੇ 1.5 ਕਿੱਲਾ, ਉਹ ਅਲੱਗ ਹੈਗਾ ਇਹ ਉਹਨਾਂ ਦੀਆਂ। ਇੱਥੇ ਲਾ ਦੇਣੇ ਆ ਜੀ, ਹਾਂ।
ਛੱਡਤਾ ਤੇ ਹੁਣ ਘਰਾਂ ਚੱਲਨੇ ਆ, ਹੋਰ ਵੀ ਕੰਮ ਐਤੋ ਕਰਨੇ ਆ।